ਸੂਬੇ ਦੀਆਂ ਜੇਲ੍ਹਾਂ ਅੰਦਰ ਬੈਠੇ ਖਤਰਨਾਕ ਅਪਰਾਧੀਆਂ ਰਾਹੀਂ ਹੋਣ ਵਾਲੇ ਅਪਰਾਧਾਂ ਨੂੰ ਰੋਕਣ ਦੇ ਲਈ ਭਾਵੇਂ ਹੀ ਸਰਕਾਰਾਂ ਵੱਲੋਂ ਆਪਣੇ ਪੱਧਰ ਤੇ ਲੋੜੀਂਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਨੇ, ਪਰ ਅੱਜ ਤੱਕ ਇਸ ਨੂੰ ਠੱਲ ਨਹੀਂ ਪੈ ਸਕੀ। ਉਲਟਾ ਸੂਬੇ ਅੰਦਰ 10 ਸਾਲ ਬਾਅਦ ਬਣੀ ਕਾਂਗਰਸ ਸਰਕਾਰ ਦੇ ਲਈ ਜੇਲ੍ਹਾਂ ਵਿੱਚ ਬੈਠੇ ਅਤੇ ਬਾਹਰ ਘੁੰਮਦੇ ਗੈਂਗਸਟਰ ਇੱਕ ਬਹੁਤ ਵੱਡੇ ਚੁਣੌਤੀ ਬਣ ਗਏ ਨੇ। ਪੰਜਾਬ ਸਰਕਾਰ ਵੱਲੋਂ ਬਹੁਤ ਜਲਦ ਇਹਨਾਂ ਗੈਂਗਸਟਰਾਂ ਦੇ ਖਿਲਾਫ ਇੱਕ ਵਿਸ਼ੇਸ਼ ਮੁਹਿੰਮ ਛੇੜ ਕੇ ਸੂਬੇ ਦੇ ਖਰਾਬ ਹੋ ਰਹੇ ਹਾਲਾਤ ਦੇ ਨਾਲ ਨਿਪਟਣ ਦੀ ਜ਼ਬਰਦਸਤ ਤਿਆਰੀਆਂ ਦੇ ਸੰਕੇਤ ਮਿਲ ਰਹੇ ਨੇ। ਪੰਜਾਬ ਦੀਆਂ ਜੇਲ੍ਹਾਂ ਵਿੱਚ ਇਸ ਸਮੇਂ ਸਮਰੱਥਾ ਤੋਂ ਕਈ ਗੁਣਾ ਵੱਧ ਕੈਦੀ ਰੱਖੇ ਗਏ ਨੇ। ਇਸੇ ਕਰਕੇ ਪਿਛਲੇ ਸਾਲ ਨਾਭਾ ਜੇਲ੍ਹ ਬ੍ਰੇਕ ਕਾਂਡ ਵਾਪਰਿਆ ਸੀ, ਜਿਸ ਨੇ ਸਰਕਾਰ ਨੂੰ ਬੁਰੀ ਤਰ੍ਹਾਂ ਹਿਲਾ ਦਿੱਤਾ ਸੀ। ਇਸ ਮੌਕੇ ਜੇਲ੍ਹਾਂ ਵਿੱਚ ਕੁੱਲ 250 ਦੇ ਕਰੀਬ ਗੈਂਗਸਟਰ ਬੰਦ ਨੇ, ਜਿਨ੍ਹਾਂ ਵਿੱਚੋਂ 35 ਕਾਫ਼ੀ ਖਤਰਨਾਕ ਮੰਨੇ ਜਾਂਦੇ ਨੇ। ਪੰਜਾਬ ਵਿੱਚ ਗੈਂਗਵਾਰ ਦੀਆਂ ਘਟਨਾਵਾਂ ਅਤੇ ਗੈਂਗਸਟਰਾਂ ਦੀਆਂ ਗਤੀਵਿਧੀਆਂ ਪਿਛਲੇ ਲੰਬੇ ਸਮੇਂ ਤੋਂ ਹੀ ਬਾਦਸਤੂਰ ਜਾਰੀ ਨੇ। ਪੁਲਿਸ ਵੱਲੋਂ ਸਰਗਰਮ ਗੈਂਗਸਟਰਾਂ ਦੀ ਪੈੜ ਨੱਪਣ ਦੀ ਕੋਸ਼ਿਸ਼ ਦੇ ਚੱਲਦਿਆਂ ਮਾਲਵਾ ਅਤੇ ਦੁਆਬਾ ਖੇਤਰ ਵਿੱਚ ਸਰਗਰਮ ਗੈਂਗਸਟਰਾਂ ਦੀ ਪਹਿਚਾਣ ਵੀ ਕਰ ਲਈ ਗਈ ਹੈ।